ਸਕਲ ਸਰ ਨੇ ਐਕਟ ਸਰ ਕੈਂਡ ਹੋ ਗਈ ਤਾਂ ਆਪੇ ਕੈਂਡ ਹੈ ਦਬਲੋਂ ਨੂੰ ਸਟਾਰਟ ਕਰਨ ਲੱਗਾ ਵਾ 10 ਵਜ ਗਏ ਕਿਉਂਕਿ ਅੱਜ ਆਪਣੇ ਸਕੂਲ 'ਚ ਬਾਹਰ ਹੀ ਪੇਰੈਂਟਸ ਮੀਟਿੰਗ ਅਤੇ ਅੱਜ ਆਪਾਂ ਜਾਵਾਂ ਪੇਰੈਂਟਸ ਮੀਟਿੰਗ ਤੋਂ ਹੁਣ ਤੁਹਾਨੂੰ ਮਿਲਦੇ ਆ ਰਸਤੇ ਆਪਾਂ ਸਕੂਲ 'ਚ ਐਂਟਰ ਕਰ ਚੁੱਕੇ ਤੇ ਹੁਣ ਜਾਂਦੇ ਆਪਾਂ ਕਲਾਸ 'ਚ ਅਤੇ ਹੁਣ ਆਪਾਂ ਪੇਰੈਂਟਸ ਮੀਟਿੰਗ ਤੋਂ ਹੋ ਕੇ ਤੁਹਾਨੂੰ ਘਰ ਜਾਣ ਲੱਗੇ ਮਿਲਦੇ ਅੱਜ ਗਈ ਸੀ ਮੇਰਾ ਦੋਸਤ ਅਤੇ ਹੁਣ ਆਪਾਂ ਕਲਾਸ 'ਚ ਐਂਟਰ ਕਰ ਚੁੱਕੇ ਹਾਂ ਅਤੇ ਹੁਣ ਆਪਾਂ ਸੋਰੀ ਕਾਨ ਸਰ ਦੀ ਕਲਾਸ ਅਤੇ ਹਾਂ ਮੇਰੇ ਦੋਸਤ ਸਤਿ ਸ਼੍ਰੀ ਅਕਾਲ ਅੱਜ ਗਈ ਸੀ ਆਪਣਾ ਸਕੂਲ ਹੈ ਸਕੂਲ ਦੀਆਂ ਬਿਲਡਿੰਗ ਅਤੇ ਉੱਧਰਲੇ ਪੱਲੇ ਸਾਈਡ ਹੈ ਅਤੇ ਰਿਸੈਪਸ਼ਨ ਆ ਅਤੇ ਹੁਣ ਆਪਾਂ ਪੇਰੈਂਟਸ ਮੀਟਿੰਗ ਵੇਖ ਲਈ ਆ ਅਤੇ ਹੁਣ ਆਪਾਂ ਜਾਂਦੇ ਹਾਂ ਘਰ ਹੀ ਆਪਣੀ ਗੱਡੀ 'ਤੇ ਚਾਚੂ ਬੈਠੇ ਹਾਂ ਗੱਡੀ 'ਚ ਅਤੇ ਹੁਣ ਆਪਾਂ ਜਾਂਦੇ ਹਾਂ ਘਰ ਹਾਂਜੀ ਗਾਈਸ ਹੁਣ ਆਪਾਂ ਗੱਡੀ ਬਹਿ ਚੁੱਕੇ ਹਾਂ ਅਤੇ ਗੱਡੀ ਆਪਾਂ ਮੁੜ ਲਈ ਆ ਰਿਹਾ ਆਪਣਾ ਸਕੂਲ ਅਤੇ ਹੁਣ ਆਪਾਂ ਜਾਂਦੇ ਹਾਂ ਘਰ ਜੇ ਕਿਤੇ ਰੁਕਣਾ ਹੋਇਆ ਫਿਰ ਤੁਹਾਨੂੰ ਮਿਲਦੇ ਨਹੀਂ ਤਾਂ ਫਿਰ ਘਰ ਜਾਂਦੇ ਹਾਂ ਹੁਣ ਆਪਾਂ ਆਇਆ ਇੱਥੇ ਮੜਕੇ ਦੀ ਦੁਕਾਨ 'ਤੇ ਆਪਣੀ ਕੈਂਟ ਦਾ ਕੱਪੜਾ ਲੈਣਾ ਮੈਂ ਕਦੀ ਪਹਿਲਾਂ ਸੁਣਿਆ ਨਹੀਂ ਮੈਂ ਸਿੱਖੀ ਸਫਾਈ ਮੈਂ ਕੈਂਟ ਪਾਉਣਾ ਪਹਿਲੀ ਵਾਰ ਮੈਂ ਸਵਾ ਕੇ ਤੁਹਾਨੂੰ ਪਾਉਣਾ ਠੰਡ ਚੱਲਣ ਦਿਆ ਹੈ ਨਾ ਚਲੋ ਸਵਾ ਲੈਂਦੇ ਹਾਂ ਅਤੇ ਹੁਣ ਆਪਾਂ ਇੱਥੋਂ ਕੱਪੜਾ ਲੈਂਦੇ ਹਾਂ ਹੁਣ ਤੁਹਾਨੂੰ ਮਿਲਦੇ ਹਾਂ ਕੱਪੜਾ ਜਦੋਂ ਜਿਹੜਾ ਕੱਪੜਾ ਲਿਆ ਤੁਹਾਨੂੰ ਮਿਲਣਾ ਮੜਕੇ ਦੀ ਦੁਕਾਨ ਆ ਵੇਖੋ ਆਹ ਸਾਰੀ ਦੁਕਾਨ ਹੈ ਉਹਨਾਂ ਦੀ ਦੇਖੋ ਮਲਕੀ ਦੀ ਦੁਕਾਨ ਇੱਥੇ ਅਤੇ ਹੁਣ ਆਪਾਂ ਲੈਂਦੇ ਹਾਂ ਇੱਥੋਂ ਕੱਪੜਾ ਦੋ ਕੱਪੜੇ ਲੈ ਲਏ ਆ ਪੈਂਟਾਂ ਦੇ ਲਈ ਅਤੇ ਹੁਣ ਆਪਾਂ ਸੋਨਾ ਵੀ ਦੇ ਕੇ ਆਵਾਂਗੇ ਅੱਜ ਜਾਂ ਕੱਲ੍ਹ ਅਤੇ ਉਹਦਾ ਵੀ ਮੌਕਾ ਹੋਊਗਾ ਅਤੇ ਹੁਣ ਤੁਹਾਨੂੰ ਮਿਲਦੇ ਹਾਂ ਕੋਈ ਖਾਣ ਲੱਗੇ ਜੇ ਕੋਈ ਖਾਧਾ ਨਹੀਂ ਤਾਂ ਫਿਰ ਸਿੱਧਾ ਹੀ ਕਰ ਲਈ ਜਾਓ ਖੜੀ ਸਾਹਮਣੇ ਆਪਣੀ ਗੱਡੀ ਅਤੇ ਹੁਣ ਆਪਾਂ ਜਾਂਦੇ ਹਾਂ ਗੱਡੀ 'ਤੇ ਹੁਣ ਆਪਾਂ ਜਾਂਦੇ ਮਿਲਦੇ ਹਾਂ ਤੁਹਾਨੂੰ ਰਸਤੇ ਵਿੱਚ ਘਰ ਦਾ ਇੱਥੋਂ ਪੀਵਾਂਗੇ ਬਦਾਮ ਸ਼ੇਕ ਅਤੇ ਜਿਹਨੂੰ ਫਲੂਦਾ ਕਹਿੰਦੇ ਆ ਅਤੇ ਆਪਾਂ ਹੁਣ ਪੀਵਾਂਗੇ ਫਲੂਦਾ ਦਾ ਵਲੌਗ ਇੰਨਾ ਹੀ ਐਪ ਤੁਹਾਨੂੰ ਕਹਿਣ ਲੱਗਾ ਹੋਊਗਾ ਜੇ ਵਲੌਗ ਥੋੜ੍ਹੇ ਵਧੀਆ ਲੱਗਾ ਹੋਊ ਲਾਈਕ ਸਬਸਕ੍ਰਾਈਬ ਕਰਨਾ ਬੁੱਕ ਨਹੀਂ ਲਗਾਈ ਸੀ ਅਤੇ ਮੈਂ ਆਇਆ ਸੀ ਇੱਧਰ ਹਵੇਲੀ ਵੱਲ ਅਤੇ ਮੈਂ ਸੋਚਿਆ ਚਲੋ ਵਲੌਗ ਐਂਡ ਕਰ ਦਿੰਦਾ ਆਪਾਂ ਝਬਾਲ ਹੋ ਕੇ ਆ ਚੁੱਕੇ ਆਪਾਂ ਨੂੰ 5 ਕੁ ਮਿੰਟ ਹੋ ਗਏ ਆ ਅਤੇ ਮੈਂ ਚਲੋ ਸੋਚਿਆ ਚਲੋ ਵਲੌਗ ਐਂਡ ਕਰਕੇ ਅੱਜ ਹੀ ਪਾ ਦੇਣਾ ਮੈਂ ਡੇਲੀ ਵਲੌਗਿੰਗ ਨਾ ਟੁੱਟੇ ਅਤੇ ਬਾਏ ਬਾਏ ਗਾਇਸ ਟੇਕ ਕੇਅਰ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਗਾਇਸ ਬਾਏ ਬਾਏ ਡੇਲੀ ਵਲੌਗਿੰਗ ਜਾਰੀ